जनता टीवी ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਮੈਂ ਨਵਨੀਤ ਸਿੰਘ ਬਦਵਾ ਲੈ ਕੇ ਹਾਜ਼ਰ ਹਾਂ ਪੰਜਾਬ ਟੁਡੇ। ਪੰਜਾਬ ਟੁਡੇ ਦੀ ਸ਼ੁਰੂਆਤ ਇਸ ਵੇਲੇ ਇੱਕ ਵੱਡੀ ਖਬਰ ਦੇ ਨਾਲ ਕਰਾਂਗੇ। ਵੱਡੀ ਖਬਰ ਸਿੱਖੀ ਨਾਲ ਜੁੜੀ ਹੋਈ ਤੇ ਦਿੱਲੀ ਤੋਂ ਇਹ ਖਬਰ ਆ ਰਹੀ ਹੈ। ਖਬਰ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਟੀਮ ਦੀ ਚੋਣ ਹੋ ਗਈ ਹੈ। ਦੱਸ ਦਈਏ ਕਿ ਮਨਜਿੰਦਰ ਸਿੰਘ ਸਿਰਸਾ ਦਿੱਲੀ ਕਮੇਟੀ ਦੇ ਨਵੇਂ ਪ੍ਰਧਾਨ ਥਾਪੇ ਗਏ ਨੇ। ਇਸ ਤੋਂ ਇਲਾਵਾ ਜੇ ਗੱਲ ਕਰੀਏ ਬਾਕੀ ਮੈਂਬਰਾਂ ਦੀ, ਸੋ ਬੀਬੀ ਰਣਜੀਤ ਕੌਰ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਚੁਣਿਆ ਗਿਆ। ਇਸ ਤੋਂ ਇਲਾਵਾ ਜੇ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਕੁਲਵੰਤ ਸਿੰਘ ਬਾਠ ਨੂੰ ਇਹ ਜ਼ਿੰਮੇਵਾਰੀ ਮਿਲੀ। ਇਸ ਤੋਂ ਇਲਾਵਾ ਜੇ ਜਨਰਲ ਸਕੱਤਰ ਦੀ ਗੱਲ ਕਰੀਏ ਤਾਂ ਹਰਮੀਤ ਸਿੰਘ ਕਾਲਕਾ ਨੂੰ ਦਿੱਲੀ ਕਮੇਟੀ ਦਾ ਨਵਾਂ ਜਨਰਲ ਸਕੱਤਰ ਲਾਇਆ ਗਿਆ। ਸੋ ਇਸ ਤੋਂ ਇਲਾਵਾ ਜੇ ਇੱਕ ਹੋਰ ਆਪਾਂ ਗੱਲ ਕਰੀਏ ਗਵਰਨਿੰਗ ਬਾਡੀ ਦੀ ਤਾਂ ਹਰਵਿੰਦਰ ਸਿੰਘ ਕੇਪੀ ਨੂੰ ਜਿਹੜਾ ਜੁਆਇੰਟ ਸੈਕਟਰੀ ਹੈਗਾ ਉਹ ਚੁਣਿਆ ਗਿਆ। ਸੋ ਵੱਡੀ ਖਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਚੋਣ ਜਿਹੜੀ ਅੱਜ ਹੋਣੀ ਸੀ, ਜਿਸ ਵਿੱਚ ਪਹਿਲਾਂ ਕਈ ਕਾਨੂੰਨੀ ਅੜਚਨਾ ਸੀਗੀਆਂ। ਮਾਮਲਾ ਹਾਈਕੋਰਟ 'ਚ ਸੀਗਾ। ਹਾਈਕੋਰਟ ਦੇ ਵਿੱਚ 10:30 ਸੁਣਵਾਈ ਹੋਣੀ ਸੀ, ਕਰਦੇ ਕਰਦੇ 2:30 3 ਜਾ ਕੇ ਸਾਫ਼ ਹੋਇਆ ਕਿ ਜਿਹੜੀ ਪਟੀਸ਼ਨ ਪਾਈ ਗਈ ਸੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ। ਉਹ ਪਟੀਸ਼ਨ ਸੀਗੀ ਇਹਨਾਂ ਚੋਣਾਂ 'ਤੇ ਰੋਕ ਲਾਉਣ ਨੂੰ ਲੈ ਕੇ। ਸੋ ਉਸ ਪਟੀਸ਼ਨ ਦੇ ਖਾਰਜ ਹੋਣ ਤੋਂ ਤੁਰੰਤ ਬਾਅਦ ਦਿੱਲੀ ਕਮੇਟੀ ਦੀ ਕਾਰਜਕਾਰਨੀ ਦੀ ਇਹ ਚੋਣ ਜਿਹੜੀ ਹੈ ਉਹ ਹੋਈ, ਜਿਸ ਵਿੱਚ ਜਿਹੜੇ ਮਨਜਿੰਦਰ ਸਿੰਘ ਸਿਰਸਾ ਨੇ ਉਹ ਦਿੱਲੀ ਕਮੇਟੀ ਦੇ ਨਵੇਂ ਪ੍ਰਧਾਨ ਥਾਪੇ ਗਏ ਨੇ। ਸੋ ਦਿੱਲੀ ਕਮੇਟੀ ਦੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਗਿਆ ਜਿਹੜੀ ਚੋਣ ਅੱਜ ਹੋਈ। ਇੱਕ ਵਾਰੀ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਕਿਹਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਹੈ। ਮਨਜਿੰਦਰ ਸਿੰਘ ਸਿਰਸਾ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਦਿੱਲੀ ਕਮੇਟੀ ਦੇ ਨਵੇਂ ਪ੍ਰਧਾਨ ਜਿਹੜੇ ਨੇ ਉਹ ਮਨਜਿੰਦਰ ਸਿੰਘ ਸਿਰਸਾ ਚੁਣੇ ਗਏ ਨੇ। ਯਾਨੀ ਕਿ ਮਨਜਿੰਦਰ ਸਿੰਘ ਸਿਰਸਾ ਜਿਹੜੇ ਨੇ ਉਹ ਦਿੱਲੀ ਕਮੇਟੀ ਦੇ ਹੁਣ ਪ੍ਰਧਾਨ ਹੈਗੇ। ਸੋ ਗ੍ਰਾਫਿਕਸ ਰਾਹੀਂ ਉਹ ਵੀ ਤੁਹਾਨੂੰ ਦੱਸਦੇ ਹਾਂ ਜਿਹੜੀ ਨਵੀਂ ਟੀਮ DSG MC ਦੀ ਥਾਪੀ ਗਈ ਹੈ, ਜਿਹਦੀ ਚੋਣ ਹੋਈ ਹੈ ਮਨਜਿੰਦਰ ਸਿੰਘ ਸਿਰਸਾ ਨੂੰ ਜਿਹੜਾ ਪ੍ਰਧਾਨ, ਕੁਲਵੰਤ ਸਿੰਘ ਬਾਠ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ। ਇਸ ਤੋਂ ਇਲਾਵਾ ਬੀਬੀ ਰਣਜੀਤ ਕੌਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣੇ ਨੇ। ਹਰਮੀਤ ਸਿੰਘ ਕਾਲਕਾ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਹਰਮੀਤ ਸਿੰਘ ਕਾਲਕਾ ਨੂੰ ਜਨਰਲ ਸਕੱਤਰ ਯਾਨੀ ਕਿ ਮਹਾਂਸਚਿਵ ਜਿਹੜਾ ਹੁੰਦਾ ਉਹ ਬਣਾਇਆ ਗਿਆ, ਉਹਦੀ ਚੋਣ ਹੋਈ। ਇਸ ਤੋਂ ਇਲਾਵਾ ਹਰਵਿੰਦਰ ਸਿੰਘ ਕੇਪੀ ਜਿਹੜੇ ਨੇ ਉਹ ਜੁਆਇੰਟ ਸੈਕਟਰੀ ਬਣੇ ਨੇ। ਸੋ ਇਹ ਜਿਹੜੀ ਟੀਮ DSG MC ਦੀ ਨਵੀਂ ਟੀਮ ਜਿਹੜੀ ਬਣੀ ਹੈ, ਸਿੱਧਾ ਦਿੱਲੀ ਕਮੇਟੀ ਦੇ ਦਫ਼ਤਰ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਦਾ ਰੁਖ ਕਰਾਂਗੇ। ਸਾਡੇ ਪੱਤਰਕਾਰ ਸਪਰਸ਼ ਸਾਡੇ ਨਾਲ ਉੱਥੋਂ ਲਾਈਵ ਜੁੜ ਚੁੱਕੇ ਨੇ। ਉਹਨਾਂ ਦੇ ਨਾਲ ਮਨਜਿੰਦਰ ਸਿੰਘ ਸਿਰਸਾ ਵੀ ਹੈਗੇ, ਉਹਨਾਂ ਦੇ ਨਾਲ ਕੁਲਵੰਤ ਸਿੰਘ ਬਾਠ ਵੀ ਹੈਗੇ। ਸਪਰਸ਼, ਜਿਹੜੀ ਨਵੀਂ ਟੀਮ ਜਿਹੜੀ DSG MC ਦੀ ਅੱਜ ਦੀ ਚੋਣ ਹੋਈ, ਹਾਲਾਂਕਿ ਇਲੈਕਸ਼ਨ ਨੂੰ ਲੈ ਕੇ ਕਈ ਸਵਾਲ ਸੀਗੇ, ਪਹਿਲਾਂ ਮਾਮਲਾ ਹਾਈਕੋਰਟ 'ਚ ਗਿਆ, ਉਸ ਤੋਂ ਬਾਅਦ ਇਹ ਜਿਹੜੀ ਚੋਣ ਹੋ ਪਾਈ ਹੈ। ਸੋ ਕਿਸ ਤਰੀਕੇ ਨਾਲ ਇਸ ਨਵੀਂ ਟੀਮ ਨੂੰ ਵੇਖਿਆ ਜਾਵੇ? ਸੋ ਰੁਕ ਕਰਾਂਗੇ ਸਪਸ਼ਟ ਦਾ, ਲੇਕਿਨ ਇਹ ਵੱਡੀ ਖਬਰ ਲਗਾਤਾਰ ਤੁਹਾਨੂੰ ਦੱਸ ਰਿਹਾ। DSG MC ਦੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਗਿਆ ਜਿਹੜੀ ਅੱਜ ਦਿੱਲੀ ਕਮੇਟੀ ਦੀ ਕਾਰਜਕਾਰਨੀ ਦੀ ਚੋਣ ਹੋਈ ਹੈ। ਸੋ ਅੱਗੇ ਵਧਦੇ ਹਾਂ, ਪੰਜਾਬ ਟੂਡੇ 'ਚ ਗੱਲ ਕਰਾਂਗੇ ਪੰਜਾਬ ਸਰਕਾਰ ਦੇ 2 ਸਾਲਾਂ ਦੀ। 16 ਮਾਰਚ 2017 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਬਾਅਦ ਕਈ ਵਾਅਦੇ ਜਿਹੜੇ ਕੀਤੇ ਗਏ ਸੀ ਉਹਨਾਂ ਵਾਅਦਿਆਂ ਨੂੰ ਪੂਰੇ ਕਰਨ ਦੀ ਗੱਲ ਹੋਈ, ਪਰ 2 ਸਾਲਾਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਕਿੱਥੇ ਖੜੀ ਹੈ ਅਤੇ ਕਿਉਂ ਵਿਰੋਧੀ ਲਗਾਤਾਰ ਸਵਾਲ ਚੁੱਕ ਰਹੇ ਨੇ? ਇਹ ਰਿਪੋਰਟ। ਅਮਰਿੰਦਰ ਸਿੰਘ, ਯੂ ਸਵੇਅਰ ਇਨ ਦ ਨੇਮ ਆਫ ਗੋਡ ਦੈਟ ਆਈ ਵਿਲ ਬੇਅਰ ਟਰੂ ਫੇਥ ਐਂਡ ਅਲੀਜੈਂਸ ਟੂ ਦ ਕਨਸਟੀਟਿਊਸ਼ਨ ਆਫ ਇੰਡੀਆ। ਤਾਰੀਖ 16 ਮਾਰਚ 2017। 2 ਸਾਲ ਪਹਿਲੇ भारी बहुमत के साथ पंजाब में निजाम बदला और पंजाब की जनता ने 77 सीटों के साथ कांग्रेस पार्टी को पंजाब की सत्ता सौंपी। पंजाब की सत्ता पर काबिज होते ही पंजाब में कांग्रेस पार्टी ने कई वादे जो किए थे उन पर काम करना शुरू किया। लेकिन पंजाब में कैप्टन सरकार के 2 साल पूरे होने के बाद अब जब लोकसभा चुनाव की रणभेरी बच चुकी है तो कांग्रेस पार्टी दावा कर रही है कि वो अपने 2 साल के कामकाज को लेकर जनता के बीच जाएगी और साथ ही मोदी सरकार के 5 साल के कामकाज को लेकर भी सवाल खड़े करेगी। सदना चाहते हैं सारे पंजाबियों को कि इतने बिल्कुल साफ सुथरिया चोणा होनगियां, कोई कानूनी अवस्था खराब नहीं होनी और किसी नूं कोई किसी किस्म का फिक्र नहीं होना चाहिए। इस पक्षों जिते ताईं लड़ाई की गल है तकड़े हो जाओ, वाहेगुरू की कृपा नाल अपनी जितो 13 दी 13 सीट आप जितनी। जहां एक तरफ कांग्रेस पार्टी अपने 2 साल के कामकाज के जरिए जनता के बीच जाने की बात कर रही है, तो वहीं 10 साल तक पंजाब की सत्ता पर काबिज रहा श्रोमणी अकाली दल
सरकार के दो साल के कामकाज को फेल करार दे रहा है। अकाली दल के अध्यक्ष सुखबीर सिंह बादल ने तो कैप्टन अमरिंदर सिंह को कुर्सी छोड़ने तक की नसीहत दे डाली। साल तबाही लिया पंजाब, लोग इन्ने दुखी है कि सोचते हैं कि जे दो साल के बाद आप ही इस्तीफा दे दें कैप्टन अमरिंदर सिंह तो बहुत पंजाब सुखी हो जू। वहीं पंजाब में मुख्य विपक्षी दल आम आदमी पार्टी भी सरकार के दो साल के कामकाज पर सवाल खड़े कर रही है और साथ ही कांग्रेस को वादे याद कराने के साथ साथ आने वाले लोकसभा चुनावों में उन्हीं वादों की पोल खोलने का दावा भी कर रही है। देखो कैप्टन साहब ने विधानसभा दे विच कहा भी इलेक्शन दे मौके कई बार असी बड़े बड़े वादे कर बैठे हैं पर लेकिन पूरे नहीं होंगे, उन्होंने एडमिट किया। कैप्टन साहब ने कहा असी हर घर रुजगार हर घर नौकरी देंगे और बहुत बड़ा नारा सी कैप्टन साहब का, अज पटियाले दे विच, अज अमृतसर दे विच, संगरूर दे विच, बठिंडे दे विच लगातार नौजवान आ जिहड़ा पंजाब दा धरनिआं ते बैठा गा, टैंकियां ते बच्चे चढ़े हुए ने। मैं कल भी जाके आया पटियाले, उस तो पहला मैं लुधियाने जाके आया गा, लगातार पंजाब च घूम रहा, लगातार हरेक वर्ग समाज का, चाहे नौजवान आ, चाहे किसान आ, चाहे व्यापारी आ, चाहे दलित आ, चाहे मुलाजम आ, सारे कितने ना कितने धरनिआं दे विच लगे हुए ने और सरकार के खिलाफ एक बहुत बड़ा मोर्चा हैगा पंजाब के लोगों ने खोलिया है। मैं समझता कैप्टन साहब के दो सालों के कोई पंजाब की प्रोग्रेस नहीं हुई, बिल्कुल कोई पंजाब के लोगों का कोई काम नहीं हुआ। तो कांग्रेस दावा कर रही है कि दो साल के कामकाज के साथ जनता के बीच जाएगी, जबकि विपक्ष उन्हीं वादों पर सरकार को घेरने का दम भर रहा है। अब ऐसे में पंजाब की 13 लोकसभा सीटों के लिए मिशन 13 लेकर चल रही कांग्रेस को उसके दो साल कितने भारी पड़ते हैं या विपक्ष के दावों को पंजाब की जनता सिर माथे लगाएगी या नहीं, ये तो 23 मई को ही तय हो पाएगा। ब्यूरो रिपोर्ट, जनता टीवी। सो विरोधी सवाल चुक रहे ने, सरकार कह रही है कि दो साल के कामकाज नूं लेके कांग्रेस पार्टी जनता दे विचकार जाएगी, पर वड्डी खबर कल, चूंकि कल दो साल पूरे हो रहे हैं 16 मार्च नूं, सो वड्डी खबर है कि कल कैप्टन सरकार दे दो साल पूरे होणगे, जिसनूं लैके पंजाब दे मुख्यमंत्री कैप्टन अमरिंदर सिंह मीडिया नाल मुखातब होणगे। दोपहरी 3 बजे पंजाब कांग्रेस के दफ्तर विखे मुख्यमंत्री प्रेस कॉन्फ्रेंस करेंगे, सरकार के दो साल के जिहड़े कामकाज हैगे उन्हां दा ब्यौरा जिहड़ा हैगा मीडिया के सामने रखणगे। हालांकि जिहड़ियां अपनियां उपलब्धियां ने वह भी जनता के सामने रखणगे पंजाब के मुख्यमंत्री कैप्टन अमरिंदर सिंह। दूजे पासे कल पूरे पंजाब दे विच श्रोमणी अकाली दल विरोध करेगा। श्रोमणी अकाली दल कल दे दिन नूं यानी कि 16 मार्च नूं विश्वासघात दिहाड़े दे तौर ते मनाएगा। एक वड्डी खबर जिहड़ी निकल के सामने आ रही है, किशनपाल शर्मा जी श्रोमणी अकाली दल तो साडे नाल जुड़ चुके ने, पहले मैं उन्होंने रुक करा। किशनपाल शर्मा जी, दो साल का यह कामकाज हूँ, कल अकाली दल कह रहे कि विश्वासघात दिवस असी मनावे, पिछले साल भी मनाया सी, पर सवाल वड्डा है कि विश्वासघात किन्ना कु वड्डा पंजाब की जनता नाल होया? मंडी जी, बहुत वड्डा विश्वासघात होया, पंजाब के लोग अपने आप को ठगिया महसूस कर रहे हैं। जो जो वादे उन्होंने किए सी वो कोई भी वादा पूरा नहीं कर सकी सरकार, और हो रहा है भी सरकार कोई ना कोई आने बहाने इन वादियों तो भजन की कोशिश कर रही है। तुसी दसो भी रुजगार के मामले से सरकार 100% फेल होगी, बेरोजगारी के फार्म इन्होंने ये कह के रुजगार के फार्म घर घर जाके भरवाए कि तुहानू घर घर नौकरी देवांगे, नौकरी देने के नाते जिथे नौकरी तो की देनी सी उसके नाल एक होर शर्त जोड़ी सी, तुहानू नौकरी नहीं दे सके तुहानू 2500 रुपये बेरोजगारी पत्ता देवांगे। पूरे पंजाब अज तक किसी नौकरी नहीं मिली और ना बेरोजगारी पत्ते का रुपया मिलया, और उस रुजगार के नाते एक होर बहुत वड्डा नाटक सरकार ने किया, जिहड़े टैक्निकल इंस्टीट्यूट्स अपने अपने अदारियां च प्लेसमेंट मेले लाते सी उन्होंने पिछे अपना बैनर लाता सरकार ने कि असी सरकार रुजगार प्रोवाइड कर रही है। ये देखो कितनी बड़ी ठगी पंजाब के लोगों। चलो मैं आ रहा तुहाडे कोल, आ रहा शर्मा जी, तुम कह रहे हो कि पूरी ठगी पंजाब दे नाल हुई है। ग्रेवाल साहब फोन लाइन पर साडे नाल ने, हरजीत सिंह ग्रेवाल साहब भारतीय जनता पार्टी। तो ग्रेवाल साहब, लगता कि वाकई विश्वासघात दिवस मनाने की लोड़ है कल पंजाब की जनता नूं और विरोधी पार्टियां नूं भी? बिल्कुल है, क्योंकि जो इन्होंने किया है पंजाब सरकार ने झूठे वादे करके लोगों के नाल सत्ता चाई, घर घर नौकरी देंगे, स्मार्टफोन देंगे, ना तो स्मार्टफोन दी है ना घर घर नौकरी दी, और आज लोग जो हैं बहुत परेशानी में हैं, और किसानों को कहा कि पूर्ण कर्ज माफी करेंगे वो भी नहीं की, और इस तरह के वादे करते हैं। और अभी भी ये चुनाव जीतने के लिए ग्रामीण क्षेत्रों में जबकि आटा दाल स्कीम बंद है उसके फार्म भरते हैं,
कांग्रेस के लोग जाके कि आपका ये भी शुरू करेंगे, ये और आपको पेंशन बढ़ाएंगे, ये करेंगे, वो तो पहले वाली भी सब बंद कर दी। तो इसलिए ये लोगों के साथ, पंजाब के लोगों के साथ विश्वासघात हुआ है। और गुटका साहब को हाथ में लेके और तलवंडी साहबों की धरती के ऊपर जो पवित्र धरती है वहां पे कहा। अच्छा, अग्रवाल साहब, अग्रवाल साहब ठीक है, उत्थे किया सी उन्होंने कि भाई नशे का लग चार हफ्ते तोड़ांगे। मैं एक चीज थोड़े तो समझनी चाह रहा कि दो साल के कामकाज नूं लैके कैप्टन साहब कह रहे हैं कि असी जनता के विचकार जावांगे, चूंकि लोकसभा चोणां का आगाज हो चुका है, मिशन 13 कहिंदे आ कि असी फतेह करांगे, कैप्टन साहब कह रहे हैं। लगता कि इन्हां दो सालों के कामकाज के पंजाब की जनता कैप्टन अमरिंदर सिंह नूं कांग्रेस पार्टी नूं सिर मत्थे लेगी? बिल्कुल नहीं लेगी। जनता नूं समझ पै गई है कि उन्होंने धोखा हो गया है और धोखे के नाल गलत वादियां दे नाल इन्होंने सरकार चलाई है, बनाई है। और पंजाब च अज तुसीं देखो ना, मुलाजम सड़कां ते ने, मजदूर बुरी हालत च ने, आत्महत्या कर रहा, किसान आत्महत्या कर रहा, ते पंजाब दे हालात ही ऐसे हो गए ने। और साडी यूथ जिहड़ी आ विदेशां नूं भज रही है, अज सारा कुछ बेच के विचारे जा रहे हैं, उत्थे मजदूरी कर रहे हैं, धक्के खा रहे हैं। पंजाब दे अंदर उन्हां नूं अपना भविष्य नजर नहीं आउंदा। विश्वासघात होया, इसे करके कल विश्वासघात दिहाड़ा भी जिहड़ा अकाली दल पूरे पंजाब च मनाएगा। विश्वासघात अकाली बीजेपी विश्वासघात मार के गए ने, हरेक वर्ग न तबाह करके गए ने और गल्ला अजे करते ने। देखो जिते इन्होंने गल कही है कि पंजाब के अंदर ही नहीं, जदों भी मोदी सरकार आई है पूरे हिंदुस्तान के अंदर इस तरीके से दम घुट रहा लोगों का, जिवें लोग जहाजों के जहाज भर के जा रहे ने और उसके उत्ते जिहड़े लोग तंग परेशान ने। नहीं, जहाज भर के कित्थे जा रहे ने मिट्टा साहब? जिहड़ी गल है नवनीत जी, जिते साडे तुसीं 24 महीनियां की गल करते हो, इह 60 जहाज भर के जा रहे ने, पंजाब दा नौजवान जा रहे है, ठीक है, लखा दी तादाद च पिछले दो सालां च पंजाब दा नौजवान बाहर गया है। और जदों सवाल पूछा जाता है तो कहा जाता है कि घर घर रोजगार की गल हुई सी, रोजगार नहीं मिले जिस करके बाहर जाना पै रहा है। जे कमजोरी है तो इस कमजोरी नूं दूर करन दे लई कांग्रेस पार्टी की कर रही है, की कीता पिछले दो साल मिड्डा साहब? उस कमजोरी नूं दूर करन दे लई दो सालां च की कीता और तीन साल दा की प्लान हैगा? मैनूं इह दस्सो, इहनां दो सालां दे विच सरकार केड़े मंत्रालय नूं लै के पॉलिसी हुण तक लै के आई है? नहीं, नीति तो ही नहीं साफ होंदी है ना। दसो ना विश्वासघात केड़ा है जिहड़ा अकाली दल भी कह रहे हैं, वो कित्थे होया फिर? चलो, बड़ा वड्डा हमला, बड़ा वड्डा हमला अकाली दल ते। किशन पाल जी, नवनीत जी, कांग्रेस को मैं भी कुछ पूछना चाहना। हां पूछो प्लीज ग्रेवाल साहब, पूछो। मैं मिड्डा जी नो ये कहना बड़े आदर नाल के ये कहंदे आ कि अस
ਅਸੀਂ ਡਾਕੇ ਮਾਰੇ ਆ, ਸਾਡੀ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਲੁੱਟ ਲਿਆ, ਤੇ ਇਹਨਾਂ ਨੂੰ ਕਹੋ ਕਿ ਸਰਕਾਰ ਇਹਨਾਂ ਦੇ ਕੋਲ ਆ, ਹੁਣ ਇਹ ਦੋਸ਼ੀ ਨੇ ਸਾਡੇ ਤੇ ਮੁਕੱਦਮੇ ਦਰਜ ਕਰਨ, ਸਾਨੂੰ ਜੇਲ੍ਹ ਭੇਜਣ ਜੇ ਅਸੀਂ ਕੁਝ ਗਲਤ ਕੀਤਾ, ਨਹੀਂ ਤਾਂ ਇਹ ਲੋਕਾਂ ਦੇ ਕੋਲ ਝੂਠ ਬੋਲਣਾ ਬੰਦ ਕਰਨ। ਅੱਜ ਇਲੀਗਲ ਮਾਈਨਿੰਗ ਇਹ ਕਰ ਰਹੇ ਨੇ, ਉਸ ਵੇਲੇ ਸੈਂਡ ਮਾਫੀਆ ਸਾਨੂੰ ਕਹਿੰਦੇ ਸੀ, ਲੈਂਡ ਮਾਫੀਆ ਕਹਿੰਦੇ ਜ਼ਮੀਨਾਂ ਦੇ ਕਬਜ਼ੇ ਇਹਨਾਂ ਦੇ MLA ਕਰ ਰਹੇ ਨੇ, ਮੇਰੇ ਹਲਕੇ 'ਚ ਕਰ ਰਹੇ ਆ। ਨਹੀਂ, ਤੁਹਾਡੇ ਹਲਕੇ 'ਚ ਤੇ ਪਤਾ ਹੈ ਜੋ ਕੁਛ ਹੋ ਰਿਹਾ ਹੈ ਅਗਰਵਾਲ ਸਾਹਿਬ। ਰਾਜਪੁਰੇ ਦੀ ਗੱਲ ਕਰੀਏ ਤਾਂ ਉੱਥੇ ਤੇ ਖੈਰ ਕਈ ਵਾਰੀ ਗੱਲਾਂ ਖੁੱਲ੍ਹ ਕੇ ਸਾਹਮਣੇ ਆਈਆਂ ਨੇ, ਇਸ ਗੱਲ ਦਾ ਜਵਾਬ ਮੈਂ ਮਿੱਡਾ ਸਾਹਿਬ ਤੋਂ ਲਵਾਂਗਾ ਅਖੀਰ 'ਚ ਤੁਹਾਡੀ ਗੱਲ ਦਾ। ਕਿਸ਼ਨਪਾਲ ਸ਼ਰਮਾ ਜੀ ਵੀ ਕੋਈ ਸਵਾਲ ਕਰਨਾ ਚਾਹ ਰਹੇ ਨੇ, ਉਹ ਦੋਵਾਂ ਸਵਾਲਾਂ ਦਾ ਜਵਾਬ ਮੈਂ ਅਖੀਰ 'ਚ ਲੈ ਲਵਾਂਗਾ ਮਿੱਡਾ ਸਾਹਿਬ ਤੋਂ। ਸ਼ਰਮਾ ਜੀ, ਨਵਨੀਤ ਜੀ, ਜਿਹੜੀ ਚਾਰ ਹੱਥ ਨਸ਼ਾ ਖਤਮ ਕਰਨ ਦੀ ਗੱਲ ਸੀ, ਉਹ ਗੱਲ ਦਾ ਕੁਲਬੀਰ ਸਿੰਘ ਜੀਰਾ ਜੀ ਨੇ ਪੂਰੀ ਵਜ਼ਾਰਤ ਦੇ ਸਟੇਜ ਦੌਰਾਨ ਉਹ ਸਾਰਾ ਕੁਝ ਕਲੀਅਰ ਕਰਤਾ ਸੀ। ਸੁਰਜੀਤ ਧੀਮਾਨ ਜੀ ਨੇ, ਇਹਨਾਂ ਦੇ MLA, ਓਪੋਜੀਸ਼ਨ ਨਹੀਂ ਕਹਿ ਰਹੀ, ਇਹਨਾਂ ਦੇ ਆਪਣੇ MLA ਇਹਨਾਂ ਦੀ ਰਿਪੋਰਟ ਦੇ ਰਿਹਾ 2 ਸਾਲ ਦੀ। ਕੁਲਬੀਰ ਜੀਰਾ ਜੀ ਨੇ ਸਟੇਜ 'ਤੇ ਕਿਹਾ, ਸੀਨੀਅਰ ਵਜ਼ਾਰਤ ਦੀ ਮੌਜੂਦਗੀ 'ਚ ਕਿਹਾ, ਔਰ ਸੁਰਜੀਤ ਧੀਮਾਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਪੰਜਾਬ 'ਚ ਨਸ਼ਾ ਖਤਮ ਨਹੀਂ ਹੋਇਆ। ਆ ਪਤਾ ਨਹੀਂ ਕਿਹੜੇ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਆ। ਦੂਜੀ ਮੈਂ ਬੇਨਤੀ ਇਹ ਕਰਾਂ ਕਿ ਥੋੜ੍ਹਾ ਜਿਹਾ ਸਭੇ ਭਾਸ਼ਾ ਯੂਜ਼ ਕਰੀਏ, ਆ ਡਾਕੂ ਚੋਰ ਇਸ ਤਰ੍ਹਾਂ ਦੀ ਭਾਸ਼ਾ ਤੋਂ ਮਿੱਡਾ ਸਾਹਿਬ ਗਰੇਜ਼ ਕਰਨਾ ਚਾਹੀਦਾ। ਆਪਾਂ ਪੜ੍ਹੇ ਲਿਖੇ ਆ, ਸਮਾਜ ਨੂੰ ਅਖੀਰ ਲੱਗਾ ਮਿੱਡਾ ਸਾਹਿਬ, ਆਪਾਂ ਆਪਣੇ ਆਪ ਨੂੰ ਸਮਝਦੇ ਆ ਮਿੱਡਾ ਸਾਹਿਬ, ਮੈਂ ਸਮਝਦਾ ਵੀ ਡਿਬੇਟ ਠੀਕ ਹੈ, ਜਵਾਬ ਦਿਓ ਮਿੱਡਾ ਸਾਹਿਬ, ਤੁਹਾਨੂੰ ਜ਼ਰੂਰ ਮੇਨਟੇਨ ਕਰਨਾ ਚਾਹੀਦਾ। ਗਰੇਵਾਲ ਸਾਹਿਬ ਤੇ ਸ਼ਰਮਾ ਜੀ ਦੀ ਗੱਲ ਦਾ ਜਵਾਬ ਦਿਓ ਦੋ ਬਸ। ਮਿੱਡਾ ਸਾਹਿਬ ਜਵਾਬ ਦਿਓ। ਹੈਲੋ ਮਿੱਡਾ ਸਾਹਿਬ, ਆਵਾਜ਼ ਆ ਰਹੀ ਹੈ? ਆਵਾਜ਼ ਘੱਟ ਆ ਰਹੀ ਹੈ ਨਵਨੀਤ ਜੀ। ਮਿੱਡਾ ਸਾਹਿਬ ਜਵਾਬ ਦਿਓ, ਜਿਹੜੀ ਗੱਲ ਜੋ ਸਵਾਲ ਤੁਹਾਡੇ ਤੋਂ ਗਰੇਵਾਲ ਸਾਹਿਬ ਨੇ ਪੁੱਛਿਆ ਕਿ ਦੱਸੋ ਤੁਹਾਡੀ ਪਾਰਟੀ ਦੇ MLA ਕੀ ਕੁਛ ਨਹੀਂ ਕਰ ਰਹੇ ਇਲੀਗਲ ਮਾਈਨਿੰਗ ਤੋਂ ਲੈ ਕੇ ਔਰ ਬਾਕੀ ਜਿਹੜੇ ਇਲੀਗਲ ਕੰਮ ਨੇ, ਔਰ ਜਿਹੜੀ ਗੱਲ ਸ਼ਰਮਾ ਜੀ ਕਹਿ ਰਹੇ ਨੇ ਕਿ ਤੁਸੀਂ ਡਾਕੂ ਕਹਿ ਰਹੇ ਹੋ, ਇਹ ਦੱਸੋ ਕਿ ਤੁਸੀਂ ਪੰਜਾਬ ਲਈ ਕਿਹੜਾ ਕੁਝ ਬਿਹਤਰ ਕਰਤਾ? ਇਹਨਾਂ ਦੋਵਾਂ ਦਾ ਜਵਾਬ ਦੇ ਕੇ ਕਮੈਂਟ ਦਾ ਫਿਰ ਮੈਂ ਤੁਹਾਡੇ ਤੋਂ ਵਾਈਂਡ ਅਪ ਚਾਹਾਂਗਾ। ਦੇਖੋ ਨਵਨੀਤ ਜੀ, ਜਿਸ ਤਰੀਕੇ ਦੇ ਨੈਕਸਸ ਜਿਹੜੇ ਨੇ ਅਕਾਲੀ BJP ਗਵਰਨਮੈਂਟ 'ਚ ਬਣੇ ਹੋਏ, ਜਿਸ ਤਰੀਕੇ ਦੇ ਜਿਹੜਾ ਵੀ ਮਾਫੀਆ ਦੀ ਗੱਲ ਕਰ ਲਓ, ਬਹੁਤ ਮਾਫੀਆ ਇਹਨਾਂ ਦੀ ਲੀਡਰਸ਼ਿਪ ਅਫਸਰਸ਼ਾਹੀ ਔਰ ਉਹ ਸਮਗਲਰ, ਇਹ ਸਾਰੇ ਆਪਸ 'ਚ ਮਿਲ ਜੁਲ ਕੇ ਜਿਹੜਾ ਪੰਜਾਬ ਨੂੰ ਲੁੱਟ ਕੇ ਲੈ ਗਏ ਨੇ। ਮੈਂ ਇਹਨਾਂ ਨੂੰ ਬਿਲਕੁਲ ਪਰਚੇ ਜਿਹੜੇ ਇਹਨਾਂ ਦੇ ਉੱਤੇ ਦਰਜ ਨੇ ਔਰ ਦਰਜ ਹੋ ਰਹੇ ਨੇ, ਔਰ ਜਿਹੜਾ SP ਪੰਜਾਬ ਦੀ ਰਿਪੋਰਟ ਦੇ ਦਿੱਤੀ ਹੈ ED ਨੇ। ਚਲੋ ਚਲੋ, ਮੈਨੂੰ ਇੱਕ ਚੀਜ਼ ਦੱਸੋ, ਬਹੁਤ ਘੱਟ ਸ਼ਬਦਾਂ 'ਚ, ਇਹਨਾਂ 2 ਸਾਲਾਂ ਦੇ ਰਿਪੋਰਟ ਕਾਰਡ ਨਾਲ ਕੀ ਇਹ ਮੰਨਿਆ ਜਾਏ ਕਿ ਮਿਸ਼ਨ 13 ਫਤਿਹ ਹੋਏਗਾ? ਸੁਰਜੀਤ ਧੀਮਾਨ ਔਰ ਚਲੋ ਸ਼ਰਮਾ ਜੀ, ਕੱਲ੍ਹ ਲੰਬੀ ਚਰਚਾ ਕਰਾਂਗੇ। ਸ਼ਰਮਾ ਜੀ ਕੱਲ੍ਹ ਲੰਬੀ ਚਰਚਾ ਕਰਾਂਗੇ। ਮੈਨੂੰ ਬਸ ਇੱਕ ਬਹੁਤ ਘੱਟ ਸ਼ਬਦਾਂ 'ਚ ਮਿੱਡਾ ਸਾਹਿਬ ਇਹ ਦੱਸ ਦਿਓ ਕਿ ਇਹਨਾਂ 2 ਸਾਲਾਂ ਦੇ ਰਿਪੋਰਟ ਕਾਰਡ ਰਾਹੀਂ ਕੀ ਮਿਸ਼ਨ 13 ਫਤਿਹ ਹੋਏਗਾ? ਦੇਖੋ, ਮਿਸ਼ਨ 13 ਜਿਹੜਾ ਹੈ ਉਹ ਇੱਕ ਜੁਦਾ, ਅਸੀਂ ਲੋਕਾਂ ਕੋਲੇ ਜਾਵਾਂਗੇ, ਅਸੀਂ ਦੱਸਾਂਗੇ ਵੀ ਸਾਡੀਆਂ ਆਹ ਮਜਬੂਰੀਆਂ ਰਹੀਆਂ ਜਿਹੜੇ ਸਾਡੇ ਕੋਲੋਂ ਜਿਹੜੇ ਕੰਮ ਅਧੂਰੇ ਨੇ ਸਾਡੇ, ਔਰ ਉਸ ਦੇ ਲਈ ਸਾਡੇ ਕੋਲ ਇੱਕ ਢੁਕਵਾਂ ਸਮਾਂ। ਚਲੋ, ਤੁਸੀਂ ਤੁਸੀਂ ਮੰਨਦੇ ਹੋ, ਠੀਕ ਹੈ, ਮੈਂ ਤੁਹਾਡੀ ਗੱਲ ਤੋਂ ਚਲੋ ਮੋਰ ਲਾ ਦੇਣਾ, ਤੁਸੀਂ ਇਹ ਮੰਨਦੇ ਹੋ ਕਿ ਕੁਝ ਕੰਮ ਅਜੇ ਅਧੂਰੇ ਹੈਗੇ ਜੋ ਪੂਰੇ ਕਰਨ ਵਾਲੇ ਨੇ, ਲੇਕਿਨ 3 ਸਾਲ ਹੈਗੇ, ਉਮੀਦ ਕੀਤੀ ਜਾ ਸਕਦੀ ਹੈ ਕਿ ਉਹਨਾਂ 3 ਸਾਲਾਂ 'ਚ ਉਹ ਕੰਮ ਵੀ ਜਿਹੜੇ ਪੂਰੇ ਹੋਣਗੇ ਜਿਹੜੇ ਅਧੂਰੇ ਰਹਿ ਗਏ ਨੇ। ਮਿੱਡਾ ਸਾਹਿਬ, ਗਰੇਵਾਲ ਸਾਹਿਬ, ਸ਼ਰਮਾ ਜੀ, ਸਾਰਿਆਂ ਦਾ ਧੰਨਵਾਦ ਚਰਚਾ ਜੁੜਨ ਦੇ ਲਈ। ਸਵਾਲ ਵੱਡਾ ਬਰਕਰਾਰ ਕਿ 2 ਸਾਲਾਂ ਦੇ ਕੰਮਕਾਜ 'ਤੇ ਜਨਤਾ ਕਿੰਨੀ ਕੁ ਮੋਹਰ ਲਾਏਗੀ, ਮਿਸ਼ਨ 13 ਕਿੰਨਾ ਕੁ ਫਤਿਹ ਹੁੰਦਾ ਕਾਂਗਰਸ ਪਾਰਟੀ ਦੇ ਲਈ ਨਜ਼ਰ ਆਏਗਾ। ਇਜਾਜ਼ਤ ਦਿਓ, ਧੰਨਵਾਦ, ਸਤਿ ਸ਼੍ਰੀ ਅਕਾਲ।